ਆਪਾਂ ਬਾਣੀ ਪੜ੍ਹੀਏ, ਗੁਰੂ ਸਾਹਿਬ ਜੀ ਨੇ ਇੱਕ ਹੋਰ ਸਾਡੇ ਨਾਲ ਵਿਚਾਰ ਸਾਂਝੀ ਕੀਤੀ। ਕਹਿੰਦੇ ਨੇ ਸਾਡੀ ਹਾਲਤ ਪਤਾ ਕੀ ਹੈ, ਮਨ ਹੋਰ ਮੁੱਖ ਹੋਰ, ਮੂੰਹ ਚ ਕੁਝ ਹੋਰ ਹੈ, ਮਨ ਵਿੱਚ ਕੁਝ ਹੋਰ ਹੈ। ਮੂੰਹ ਵਿੱਚ ਕੀ ਹੈ, ਮਿੱਠਾ ਮਿਠਾਸ ਜਾਂ ਰੱਬ ਦਾ ਨਾਮ, ਅੰਦਰ ਕੀ ਹੈ, ਕੈਂਚੀ ਜਾਂ ਚਾਕੂ ਜਾਂ ਛੁਰੀ, ਮਿੱਠੇ ਮਣ ਕੇ ਅਗਲੇ ਨੂੰ ਲੁੱਟ ਲੈਣਾ, ਮਿੱਠੇ ਮਣ ਕੇ ਅਗਲੇ ਨੂੰ ਵੱਢ ਲੈਣਾ, ਕਿਉਂਕਿ ਮਿੱਠੇ ਤੇ ਕੀੜੀਆਂ ਆਉਂਦੀਆਂ ਨੇ। ਤੁਸੀਂ ਸਿਆਣੇ ਬੈਠੋ, ਕਦੇ ਲੂਣ ਚ ਕੀੜੀਆਂ ਵੇਖੀਆਂ ਨੇ? ਲੂਣ ਚ ਕੀੜੀਆਂ ਚੜ੍ਹਦੀਆਂ ਕਦੇ? ਲੂਣ ਚ ਨਹੀਂ ਚੜ੍ਹਦੀਆਂ। ਜਿਹੜਾ ਸੱਚ ਹੈ ਨਾ, ਕੌੜਾ ਹੈ, ਖਿਆਲ ਰੱਖਣਾ, ਉਹਨੇ ਸੱਚ ਕਹਿਣਾ। ਇੱਕ ਵਾਰੀ ਗੱਲ ਸਾਡੇ ਲੱਗੂਗੀ ਤੇ ਜ਼ਰੂਰ ਵੀ ਇਹਨੇ ਮੇਰੇ ਮੂੰਹ ਤੇ ਕਹਿਤਾ, ਅਸੀਂ ਸੋਚਦੇ ਵੀ ਸ਼ਾਇਦ ਸਾਡੀ ਨੇ ਬੇਇੱਜ਼ਤੀ ਕਰਤੀ। ਨਹੀਂ, ਅਗਲੇ ਨੇ ਸੱਚ ਕਿਹਾ। ਜਿਹੜਾ ਮਿੱਠਾ ਹੋਏਗਾ ਉਹ ਮਿੱਠਾ ਬਣ ਕੇ ਤੁਹਾਨੂੰ ਵੱਢੇਗਾ, ਮਿੱਠਾ ਬਣ ਕੇ ਅਗਲਾ ਵੱਢੇਗਾ। ਮਿੱਠਾ ਰੋਗ ਪੈਦਾ ਕਰਦਾ, ਖਿਆਲ ਕਰਨਾ ਰੱਖਣਾ। ਜਦੋਂ ਅਸੀਂ ਸਤਿਗੁਰ ਦੀ ਬਾਣੀ ਪੜ੍ਹੀਏ, ਪਾਤਸ਼ਾਹ ਕਹਿੰਦੇ ਰੋਗ ਕੌੜਾ ਵੀ ਪੈਦਾ ਕਰਦਾ ਹੈ। ਮਿੱਠਾ ਕੌੜਾ ਦੋਵੇਂ ਰੋਗ। ਜੇ ਤੁਸੀਂ ਕੌੜਾ ਬੋਲੋਗੇ ਤੇ ਅਗਲਾ ਤੁਹਾਡੇ ਨਾਲ ਬੋਲਣਾ ਬੰਦ ਕਰ ਦੋ, ਇਹਨੂੰ ਤੇ ਬੋਲਣਾ ਹੀ ਨਹੀਂ ਆਉਂਦਾ, ਇਹ ਤੇ ਬੜਾ ਭੈੜਾ ਬੋਲਦਾ ਹੈ, ਇਹਨੂੰ ਬੋਲਣ ਦੀ ਤਹਿਮੀਜ਼ ਨਹੀਂ ਹੈ, ਜਾਤ ਨਹੀਂ ਇਹਨੂੰ ਬੋਲਣ ਦੀ। ਜੇ ਬਹੁਤਾ ਮਿੱਠਾ ਬੋਲਾਂਗੇ ਤਾਂ ਫਿਰ ਸਾਡੀ ਹਾਲਤ ਪਤਾ ਕਿਹਦੇ ਵਰਗੀ ਹੋ ਜਾਏਗੀ, ਗੰਨੇ ਵਰਗੀ। ਗੰਨਾ ਕਿੰਨਾ ਮਿੱਠਾ ਹੈ, ਔਰ ਮਿੱਠਾ ਹੋਣ ਕਰਕੇ ਗੰਨੇ ਨੂੰ ਵੇਖੋ ਕੀ ਕੁਝ ਸਹਿਣ ਕਰਨਾ ਪੈਂਦਾ। ਸਭ ਤੋਂ ਪਹਿਲਾਂ ਨੂੰ ਕੱਟਿਆ ਜਾਂਦਾ, ਕੱਟਣ ਤੋਂ ਬਾਅਦ ਉਹਨੂੰ ਪੀੜਿਆ ਜਾਂਦਾ, ਔਰ ਤੁਸੀਂ ਕਦੇ ਗੰਨੇ ਦਾ ਰਸ ਸਭ ਨੇ ਪੀਤਾ ਹੋਣਾ, ਔਰ ਸਾਡੇ ਸਾਹਮਣੇ ਕੱਢਦਾ ਕਿਵੇਂ ਨਿਚੋੜਦਾ ਗੰਨੇ ਨੂੰ। ਨਿਚੋੜਨ ਤੋਂ ਬਾਅਦ ਉਹਦਾ ਜਿਹੜਾ ਫੋਗ ਬਚ ਜਾਂਦਾ ਨਾ, ਫੋਗ ਛਿੱਲੜ, ਉਹ ਵੀ ਅੱਗ ਤੋਂ ਸਾੜ ਦਿੰਦੇ ਨੇ, ਗੰਨੇ ਦੇ ਕੁੱਲ ਖਤਮ। ਜੇ ਗੰਨਾ ਕੌੜਾ ਨਾ ਹੁੰਦਾ, ਮਿੱਠਾ ਨਾ ਹੁੰਦਾ, ਤੇ ਗੰਨੇ ਨਾਲ ਐਸਾ ਸਲੂਕ ਹੁੰਦਾ? ਹਜ਼ੂਰ ਕਹਿੰਦੇ ਵੀ ਇੰਨਾ ਮਿੱਠੇ ਵੀ ਨਾ ਬਣੋ, ਅਗਲਾ ਗੰਨਿਆਂ ਨੂੰ ਪੀੜ ਕੇ ਤੁਹਾਡਾ ਫੋਗ ਵੀ ਸਾੜ ਦੇਵੇ, ਕਿੰਨੇ ਕੌੜੇ ਵੀ ਨਾ ਬਣੋ ਤੇ ਅਗਲਾ ਤੁਹਾਡੇ ਨਾਲ ਨਫ਼ਰਤ ਕਰਨ ਲੱਗ ਪਏ। ਪਰ ਇਹ ਗੱਲ ਤੇ ਦੂਰ ਦੀ, ਹਾਲੇ ਤੇ ਸਾਡਾ ਆਪਣਾ ਮਨ ਹੀ ਨਹੀਂ ਕਾਬੂ ਨਹੀਂ ਹੈ। ਮਾਈ ਮਨ ਮੇਰੋ ਬਸ ਨਾ ਹੈ, ਮਨ ਮੇਰਾ ਦੁਬਦਾ ਵਿੱਚ ਪਿਆ ਹੋਇਆ ਹੈ, ਮੈਨੂੰ ਸਮਝ ਨਹੀਂ ਆ ਰਹੀ ਮੈਂ ਕਰਾਂ ਕਿ ਨਾ ਕਰਾਂ, ਮੈਂ ਲਵਾਂ ਕਿ ਨਾ ਲਵਾਂ, ਮੈਂ ਜਾਵਾਂ ਕਿ ਨਾ ਜਾਵਾਂ, ਮੈਂ ਖਾਵਾਂ ਕਿ ਨਾ ਖਾਵਾਂ। ਪਰ ਅਸੀਂ ਦੂਜਿਆਂ ਤੋਂ ਸਲਾਹ ਲੈਂਦੇ, ਕੋਈ ਜ਼ਰੂਰੀ ਨਹੀਂ ਹੈ ਵੀ ਦੂਜੇ ਸਾਰੇ ਸਲਾਹਕਾਰ ਸਾਡੇ ਸ਼ੁਭ ਚਿੰਤਕ ਹੀ ਆਉਣਗੇ, ਕਿ ਸਲਾਹ ਦੇਣ ਵਾਲੇ ਕਹਿੰਦੇ ਵਿੱਚ ਮਜ਼ਾਕ ਵੀ ਵਾੜ ਦਿੰਦੇ, ਕਹਿੰਦੇ ਲੈ ਮੈਂ ਤੇ ਮਜ਼ਾਕ ਵੀ ਕੀਤਾ ਸੀ, ਤੂੰ ਸੱਚ ਹੀ ਸਮਝ ਗਿਆ। ਉਹ ਕਹਿੰਦਾ ਵੀ ਮਜ਼ਾਕ ਵੀ ਇੱਦਾਂ ਦਾ ਹੁੰਦਾ, ਵੀ ਬੰਦੇ ਦੀ ਜਾਨ ਕੱਢ ਲਓ। ਹੁਣ ਇਹ ਜਾਂਦਾ ਕਿੱਥੇ ਹੈ? ਇੱਥੇ ਬੜੀ ਵਾਰੀ ਬੱਚੇ ਜਦੋਂ ਆਉਂਦੇ ਆ ਤੇ ਕਹਿੰਦੇ ਜੀ ਸਾਡਾ ਨਾ ਮਨ ਟਿਕਦਾ ਹੀ ਨਹੀਂ ਹੈ। ਤੇ ਮੇਰਾ ਵੀ ਇੱਕੋ ਹੀ ਸਵਾਲ ਹੁੰਦਾ ਵੀ ਜਾਂਦਾ ਕਿੱਥੇ ਹੈ, ਇਹ ਤੁਹਾਨੂੰ ਪਤਾ। ਮੈਂ ਕਿਹਾ ਤੇ ਝੂਠ ਹੈ, ਇਹ ਝੂਠ ਹੈ। ਜਿਹੜਾ ਕਹੇ ਨਾ ਵੀ ਇਹ ਨਹੀਂ ਪਤਾ, ਮੈਂ ਕਹਿੰਦਾ ਝੂਠ ਹੈ।